ਰੋਪੜ 'ਚ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੇ ਵਿਵਾਦਿਤ ਬਿਆਨ ਦਿੰਦੇ ਹੋਏ ਕਿਹਾ ਕਿ ਜੇਕਰ ਮੋਦੀ ਸੱਤਾ 'ਚ ਆਉਂਦੇ ਨੇ ਤਾਂ ਇਹ ਆਖਰੀ ਵੋਟਾਂ ਹੋਣਗੀਆਂ, ਦੇਸ਼ 'ਚ ਲੱਗ ਜਾਵੇਗੀ ਐਮਰਜੈਂਸੀ ਅਤੇ ਦੇਸ਼ ਦੇ ਵਿੱਚ ਤਾਨਾਸ਼ਾਹ ਰਾਜ ਸਾਬਤ ਹੋ ਜਾਵੇਗਾ। ਅਜਿਹਾ ਵਿਵਾਦਿਤ ਬਿਆਨ ਮਨੀਸ਼ ਤਿਵਾੜੀ ਨੇ ਦਿੱਤਾ। ਆਖਰੀ ਚੋਣ ਹੋਊਗੀ, ਇਸ ਮੁਲਕ ਦੇ ਵਿੱਚ ਐਮਰਜੈਂਸੀ ਲੱਗੂਗੀ, ਤੁਹਾਡੀ ਲੀਡਰਸ਼ਿਪ ਹੋਊਗੀ, ਕੋਈ ਮਿਲਣ ਕਰਨਾ।